ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਦੀ ਤਰ੍ਹਾਂ ਪੰਨੂ ਸਾਹਿਬ ਖਬਰਾਂ ਦੇ ਉੱਤੇ ਚਰਚਾ ਵੀ ਕਰਨਗੇ ਪਰ ਸਭ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਕਰਦੇ ਹਾਂ ਸਵਾਗਤ ਪੰਨੂ ਸਾਹਿਬ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਆਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਪੰਜਾਬੀ ਦੀ ਕਹਾਵਤ ਹੈ ਕਿ ਨਾਤੀ ਧੋਤੀ ਰਹੇਗੀ ਮੂੰਹ ਤੇ ਬੱਖੀ ਬਹਿਗੀ ਤੇ ਅੱਜ ਆਮ ਆਦਮੀ ਪਾਰਟੀ ਤੇ ਕਾਂਗਰਸੀਆਂ ਨਾਲ ਉਹ ਹੋਈ ਤਿਆਰੀ ਇਹਨਾਂ ਨੇ ਲੱਡੂ ਵਾਲਿਆਂ ਨੂੰ ਦਿੱਤੇ ਹੋਏ ਸੀਗੇ ਆਰਡਰ ਢੋਲ ਵਾਲੇ ਨੂੰ ਵੀ ਬੁਲਾਇਆ ਹੋਇਆ ਸੀ ਪਰ ਮੌਕੇ ਦੇ ਉੱਤੇ ਜੋ ਕੁਝ ਉੱਥੇ ਹੋਇਆ ਤੁਸੀਂ ਉਹਨੂੰ ਕਿਵੇਂ ਦੇਖਿਆ ਉਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਕੋਈ ਕਹ ਰਿਹਾ ਜੀ ਧੱਕੇਸ਼ਾਹੀ ਹੋਈ ਹੈ ਤੁਸੀਂ ਇਹਨੂੰ ਕਿਵੇਂ ਦੇਖਿਆ ਜਦੋਂ ਪਹਿਲੇ ਦਿਨ ਅਨੰਤਪ੍ਰੀਤ ਜੀ ਇਹਨਾਂ ਨੇ ਚੋਣ ਰੱਖੀ ਸੀ ਤੇ ਹੋਏ ਨਹੀਂ ਸੀ ਗੜਬੜ ਹੋ ਗਈ ਸੀ ਹਾਈ ਕੋਰਟ ਵੱਲੋਂ ਗਲਤ ਲੱਗੇ ਸੀ ਤੁਹਾਨੂੰ ਯਾਦ ਹੋ ਮੈਂ ਪਹਿਲੇ ਪ੍ਰੋਗਰਾਮ 'ਚ ਆਖਿਆ ਸੀ ਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਤਰੀਕੇ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਇਹ ਚੋਣ ਉਹਨਾਂ ਚਿਰ ਨਹੀਂ ਹੋਣ ਦੇਵੇਗੀ ਜਦ ਤੱਕ ਪੱਕਾ ਜੁਗਾੜ ਨਾ ਕਰ ਲਵੇ ਕਿ ਇਹ ਚੋਣ ਸਾਡੀ ਆ ਤੇ ਸਿਰਫ ਸਾਡੀ ਆ ਦੂਸਰਿਆਂ ਦੇ ਪੱਲੇ ਕੱਖ ਨਹੀਂ ਪੈਂਦਾ ਜੀ ਉਹ ਹੋ ਗਿਆ ਉਦੋਂ ਕੀ ਹੋਇਆ ਸੀ ਵੀ ਤਿੰਨ ਤਿਰਾਂਸਨ ਭਾਜਪਾ ਆਮ ਆਦਮੀ ਪਾਰਟੀ ਤੇ ਕਾਂਗਰਸ ਇੰਨਾਂ ਨੇ ਮੇਅਰ ਦੇ ਕਾਗਜ਼ ਢਾਕਲ ਕਰਾਇਆ ਸੀ ਅਚਾਨਕ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਸਮਝੌਤਾ ਹੋ ਗਿਆ ਉਹ ਸਮਝੌਤੇ ਚ ਭਾਜਪਾ ਨੂੰ ਇਹ ਦਿੱਸ ਪਿਆ ਕਿ ਤਾਂ ਫਿਰ ਮੇਅਰ ਦੀ ਚੋਣ ਜਿੱਤ ਗਏ ਇਹਨਾਂ ਨੇ ਇਹੋ ਜਿਹਾ ਚੱਕਰ ਚਲਾਇਆ ਕਿ ਉਸ ਦਿਨ ਸਵੇਰੇ ਜਿਹੜਾ ਕਾਂਗਰਸ ਦਾ ਮੇਅਰ ਦਾ ਕੈਂਡੀਡੇਟ ਸੀ ਜਿਹਨੂੰ ਪਾਰਟੀ ਨੇ ਆਖਿਆ ਸੀ ਜਾ ਕੇ ਤੂੰ ਕਾਗਜ਼ ਵਾਪਸ ਚੁੱਕ ਲੈ ਉਹ ਜਦੋਂ ਆਇਆ ਤੇ ਉਹਨੂੰ ਉੱਥੋਂ ਫੜ ਕੇ ਲੈ ਗਏ ਆਖਿਆ ਜੇ ਤੇ ਜਾਨ ਨੂੰ ਖਤਰਾ ਐ ਨੇ ਸਿਕਿਉਰਿਟੀ ਮੰਗੀ ਉਹਦੇ ਘਰ ਤੇ ਜਾ ਕੇ ਉਹਨੂੰ ਬੰਦ ਕਰਤਾ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਵਾਲੇ ਗਏ ਅੱਧੀ ਰਾਤ ਨੂੰ ਉਹਨਾਂ ਦੀ ਜਿਹੜੀ ਅਰਜੀ ਸੀ ਉੱਤੇ ਸੁਣਵਾਈ ਕੀਤੀ ਅਦਾਲਤ ਨੇ ਅਗਲੇ ਦਿਨ 5 ਵਜੇ ਸ਼ਾਮ ਨੂੰ ਆਖਿਆ ਲੈ ਕੇ ਆਓ ਸਾਰਾ ਕੁਝ ਇੱਥੇ ਪੇਸ਼ ਕਰੋ ਸੁਣਾਈ ਕਰਾਂਗੇ 5 ਵਜੇ ਅਗਲੇ ਦਿਨ ਉਹ ਬੰਦਾ ਪੇਸ਼ ਨਹੀਂ ਹੋਇਆ ਉਸ ਬੰਦੇ ਵੱਲੋਂ ਸਿਕਿਉਰਿਟੀ ਫੋਰਸਿਜ਼ ਨੇ ਆਖਿਆ ਕਿ ਉਹਦੀ ਜਾਨ ਨੂੰ ਖਤਰਾ ਐ ਇਸ ਕਰਕੇ ਉਹਨੂੰ ਸਿਕਿਉਰਿਟੀ ਦਿੱਤੀ ਅਗੇ ਉਹਨੂੰ ਕਿਸੇ ਨੇ ਗ੍ਰਿਫਤਾਰ ਨਹੀਂ ਕੀਤਾ ਅਗਵਾ ਨਹੀਂ ਕੀਤਾ ਅਦਾਲਤ ਨੇ ਆਖਿਆ ਜੀ ਤੁਸੀਂ ਜਿਹੜੇ ਪਟੀਸ਼ਨ ਕਰ ਰਿਹਾ ਤੁਸੀਂ ਉਹਦੇ ਕੋਈ ਰਿਸ਼ਤੇਦਾਰ ਥੋੜਾ ਤੁਸੀਂ ਕਿਦਾਂ ਕਰ ਸਕਦੇ ਹੋ ਅਰਜੀ ਰੱਦ ਹੋ ਗਈ ਸਿਕਿਉਰਿਟੀ ਫੋਰਸ ਜੀ ਨੂੰ ਇਹ ਪੁੱਛਿਆ ਜਾ ਸਕਦਾ ਸੀ ਕਿ ਤੁਸੀਂ ਉਹਦੇ ਕੋਈ ਰਿਸ਼ਤੇਦਾਰ ਆ ਤੁਸੀਂ ਉਹਦੇ ਨਾਲ ਕੋਣ ਹੈ ਕਹਨ ਵਾਲੇ ਉਹ ਆ ਕੇ ਜਵਾਬ ਦੇ ਕੋਈ ਆਖੇ ਗੱਲ ਆ ਗਈ ਹੋ ਗਈ ਅਗਲੀ ਵਾਰੀ ਫਿਰ ਤਰੀਕ ਮਿਥੀ ਗਈ ਟਾਲਣ ਦਾ ਯਤਨ ਹੁੰਦਾ ਸੀ ਔਰ ਕੋਈ ਗੱਲ ਨਾ ਬਣੀ ਜਦੋਂ ਤਰੀਕ ਮਿੱਥੀ ਗਈ ਮਿੱਥੀ ਤਰੀਕ ਤੇ ਸਾਰੀਆਂ ਤਰ੍ਹਾਂ ਉੱਥੇ ਚਲੀਆਂ ਗਿਆ ਪਤਾ ਸੀ ਜਿਉ ਇੱਕ ਬੰਦਾ ਖਸਕਾ ਵੀ ਲੈਣ ਤਾਂ ਵੀ ਭਾਜਪਾ ਹਾਰਦੀ ਐ ਐਨ ਵੇਲੇ ਤੇ ਜਾ ਕੇ ਟਰਨਿੰਗ ਅਫਸਰ ਬਿਮਾਰ ਹੋ ਗਿਆ ਉਹਦੇ ਉਸੇ ਦਿਨੇ ਚਰਚਾ ਚੱਲ ਪਈ ਸੀ ਕਿ ਬਿਮਾਰ ਸੱਚੀ ਮੁੱਚੀ ਹਾਂ ਕਿ ਸਿਆਸੀ ਬਿਮਾਰੀ ਹੈ ਜੇ ਰੌਲਾ ਬਹੁਤ ਪੈਂਦਾ ਰਿਹਾ ਫਿਰ ਤਰੀਕ ਜਦੋਂ ਅਦਾਲਤ ਤੱਕ ਗੱਲ ਗਈ ਤੇ ਰੱਖੋ ਉਹ ਕਿਹੜੇ ਸ਼ੇਫਰ ਵੀ ਨੂੰ ਕਰਾਂਗੇ ਅਦਾਲਤ ਵਿੱਚ ਕੇਸ ਗਿਆ ਅਦਾਲਤ ਨੇ ਸਖਤੀ ਨਾਲ ਆਖਿਆ ਤੁਹਾਨੂੰ ਪਹਿਲਾਂ ਕਰਾਉਣੀ ਪੈਣੀ ਕੱਲ ਤੱਕ ਆ ਕੇ ਦੱਸੋ ਕਦੋਂ ਕਰਾਉਣਿਆ ਜੀ ਨੇਕ ਰਾਤ ਸਖਦੇ ਤਰੀਕਸ ਸੀ ਮਿਥਾਂਗੇ ਇਹਨਾਂ ਅਗ ਦਿਨ ਜਾ ਕੇ ਫਿਰ ਤਰੀਕ ਨਹੀਂ ਹੁੰਦੀ ਅਦਾਲਤ ਨੇ 30 ਤਰੀਕ ਰੱਖ ਦਿੱਤੀ ਹੁਣ ਜੋ 30 ਰੱਖੀ ਸੀ ਤੇ ਇਹ ਦੋਵੇਂ ਪਾਰਟੀਆਂ ਜਿਨ੍ਹਾਂ ਦਾ ਸਮਝੌਤਾ ਹੈ ਬੜੇ ਭਰੋਸੇ ਵਿੱਚ ਸੀ ਕਿ ਹੁਣ ਤਾਂ ਚੋਣ ਅਸੀਂ ਜਿੱਤੀ ਪਈ ਹੈ ਉਹ ਤਾਂ ਸਾਡੇ ਬੰਦੇ ਪੂਰੇ ਆ ਮੈਂ ਕੱਲ ਵੀ ਕੁਝ ਪੱਤਰਕਾਰ ਨਾਲ ਗੱਲ ਕਰਦਾ ਪਿਆ ਸਾਂ ਕਿ ਕੱਪ ਤੇ ਲਿਪ ਯਾਨੀ ਕੱਪ ਚੁੱਕ ਕੇ ਬੁੱਲਾ ਨੂੰ ਲਾਉਣ ਤੱਕ ਦਾ ਫਾਸਲਾ ਬਹੁਤ ਹੈ। ਇਹਦੇ ਵਿਚਾਲੇ ਵੀ ਕਈ ਵਾਰ ਮੱਖੀ ਪੈ ਜਾਂਦੀ ਹੈ। ਤੇ ਮੱਖੀ ਪੈ ਗਈ ਤੁਹਾਡੇ ਸਾਹਮਣੇ। ਅਗਲੇ ਨੇ ਅੱਜ ਵੋਟਾਂ ਪਾਈਆਂ ਜਿਹੜੀਆਂ ਨੇ। ਉਹ ਵੋਟਾਂ ਦੇ ਵਿੱਚੋਂ ਇਹਨਾਂ ਦੀਆਂ 1 ਨੇ, 2 ਨੇ, 3 ਨੇ, 4 ਨੇ, 5 ਨੇ, 8 ਵੋਟਾਂ ਰੱਦ ਕਰ ਦਿੱਤੀਆਂ। ਜਦੋਂ ਇਹਨਾਂ ਦੀਆਂ 8 ਰੱਦ ਹੋ ਗਈਆਂ ਤੇ ਫਿਰ ਦੂਸਰੀ ਧਿਰ ਆਪਣਾ ਬੰਦਾ ਜਿੱਦਾਂ ਮਰਜ਼ੀ ਅਨਾਉਂਸ ਕਰਵਾ ਲਵੇ ਮੇਅਰ ਉਹਨਾਂ ਦਾ ਬਣ ਗਿਆ। ਔਰ ਜਦ ਤੱਕ ਉਹ ਮੇਅਰ ਨਹੀਂ ਗਿਆ। ਉਹਨਾਂ ਚਿਰ ਤੱਕ ਟਰੰਗ ਅਫਸਰ ਬੈਠਾ ਰਿਹਾ ਜਦੋਂ ਉਹਨੂੰ ਲੈ ਕੇ ਆ ਗਿਆ ਟਰੰਗ ਅਫਸਰ ਉੱਠ ਕਾਲੀ ਕਾਲੀ ਚੋਂ ਉਠਾ ਦੇ ਉਹ ਬੰਦੇ ਨੂੰ ਬਿਠਾ ਕੇ ਫਟਾਫਟ ਚਾਰਜ ਪਿਓ ਕੇ ਰਹਾ ਪਾ ਕੇ ਤੂੰ ਚਾਰਜ ਲੈ ਲੈ ਉਸ। ਇਹ ਫੜਾ ਦਫਰੀ ਸਾਬਤ ਕਰਦੀ ਸੀ ਸਾਰਾ ਕੁਝ ਜ਼ਿਆਰ ਕਰਦੀ ਸੀ। ਕਿ ਡਰਾਮਾ ਬੜਾ ਗਿੰਮਿਸ ਕੇ ਪਹਿਲਾਂ ਪਲਾਨ ਕਰਕੇ ਕੀਤਾ ਗਿਆ। ਅਦਨਿਕ ਅਫਸਰ ਵੀ ਜਿੱਦਾਂ ਇਹ ਦਸਕੇ ਕਰਨ ਲੱਗਿਆ ਇਦੋਂ ਹੱਥ ਦਾ ਉਹ ਰੱਖ ਕੇ ਕਰਦਾ ਪਿਆ ਸੀ ਕੈਮਰਿਆਂ ਤਲੁਕੀ ਵੇਖ ਕੇ ਹੱਸਦੇ ਸੀ ਮੈਨੂੰ ਯਾਦ ਆਉਂਦੀ ਇੱਕ ਹੋਰ ਗੱਲ ਲੋਕਾਂ ਨੂੰ ਇਹ ਅੱਜ ਵਾਲੀ ਘਟਨਾ ਅਜੀਬ ਜਿਹਾ ਦੀ ਉਹ ਮੈਨੂੰ 2016 ਯਾਦ ਆਉਂਦਾ ਹਰਿਆਣਾ ਤੋਂ ਦੋ ਰਾਜ ਸਭਾ ਸੀਟਾਂ ਦੀ ਚੋਣ ਸੀ ਇੱਕ ਬਰਿੰਦਰ ਸਿੰਘ ਖੜਾ ਸੀ ਭਾਜਪਾ ਵੱਲੋਂ ਇਹਨਾਂ ਕੋਲ ਪੂਰੀਆਂ ਵੋਟਾਂ ਸੀ ਇੱਕ ਆਰਕੇ ਆਨੰਦ ਖੜਾ ਸੀ ਕਾਂਗਰਸ ਤੇ ਇੰਡੀਅਨ ਨੈਸ਼ਨਲ ਲੋਕ ਦਲ ਐਨੈਲੋ ਪਾਰਟੀ ਵੱਲੋਂ ਦੋਵਾਂ ਦੀ ਹਮਾਇਤ ਸੀ ਉਹ ਇੱਕ ਟੀਵੀ ਚੈਨਲ ਦਾ ਮਾਲਕ ਕੰਟਰੋਵਰਸ਼ਲ ਬਾਦੋਬਾਦ ਤੇ ਫਸਿਆ ਉਹ ਆ ਕੇ ਲਾਗੇ ਖਲੋ ਗਿਆ ਉਹਦੇ ਪੱਲੇ 14-15 ਵੋਟਾਂ ਸੀ ਆਰਕੇ ਆਨੰਦ ਕੋਲ 21-22 ਸੀ ਚਰਚਾ ਆਇਓ ਵੇਕ ਜਿੱਤੂਗਾ ਫਿਰ ਸੁਭਾਸ਼ ਚੰਦਰ ਅਸੀਂ ਆਖਿਆ ਕਿਦਾਂ ਜਿੱਤੂਗਾ ਅਖੀਰਲੇ ਵਕਤ ਇਹ ਹੋਇਆ ਕਿ 40 ਵੋਟਾਂ ਪੈ ਗਈਆਂ ਬਰਿੰਦਰ ਸਿੰਘ ਨੂੰ ਬੀਜੇਪੀ ਦਾ ਪੱਕਾ ਉਮੀਦਵਾਰ ਸੀ ਉਹ ਜਿੱਤ ਗਿਆ। ਬਾਕੀਆਂ ਦੇ ਵਿੱਚੋਂ 21 ਪੈਂਦੀਆਂ ਸੀ ਆਰਕੇ ਆਨੰਦ ਨੂੰ ਤੇ 15 ਪੈਂਦੀਆਂ ਸੀ ਸੁਭਾਸ਼ ਚંદ્ર ਨੂੰ ਸੁਭਾਸ਼ ਚੰਦਰ ਜਿੱਤ ਗਿਆ 15 ਦੇ ਬਾਵਜੂਦ। 21 ਵਾਲਾ ਹਾਰ ਗਿਆ ਆਰਕੇ ਆਨੰਦ ਕਿਉਂਕਿ ਉਹਦੀਆਂ 14 ਵੋਟਾਂ ਰੱਦ ਹੋ ਗਈਆਂ। 14 ਰੱਦ ਕਰਨ ਦਾ ਕਾਰਨ ਕੀ ਹੈ? ਇੱਕ ਤਾਂ ਕੋਈ ਉਹਨਾਂ ਦਾ ਹਮਾਇਤੀ ਇਹੋ ਜਿਹੇ ਆ ਗਿਆ ਕਮਲਾ ਜੀ ਨੇ ਨਿਸ਼ਾਨ ਹੀ ਨਹੀਂ ਲਾਇਆ ਖਾਲੀ ਬੈੱਟ ਪੇਪਰ ਛੱਡਿਆ ਉਹ ਤਾਂ ਰੱਦ ਹੋਣੀ। ਇੱਕ ਦੇ ਵਿੱਚ ਉਹ ਟੈਕਨੀਕਲ ਫਾਲਟ ਹੋ ਗਿਆ ਉਹ ਦੋ ਤੇ ਰੱਦ ਹੁੰਦੀਆਂ ਸੀ ਜੀ ਬਾਕੀ 12 ਇਹ ਕਹਿ ਕੇ ਰੱਦ ਕਰ ਦਿੱਤੀਆਂ ਕਿ ਜਿਹੜਾ ਉੱਥੇ ਪੈਨ ਸੀਗਾ ਜਿਹਦੇ ਨਾਲ ਬੈਲਟ ਪੇਪਰ ਤੇ ਨਿਸ਼ਾਨ ਲਾਉਣੇ ਸੀ ਉਸ ਪੈਨ ਦਾ ਰੰਗ ਨਹੀਂ ਮਿਲਦਾ ਹੁਣ ਪੈਨ ਤੇ ਰਿਟਰਨਿੰਗ ਅਫਸਰ ਦੀ ਟੇਬਲ ਤੇ ਸੀ ਵਾਰੀ-ਵਾਰੀ ਐਮਐਲਏ ਜਾਂਦੇ ਸੀ ਪੈਨ ਚੁੱਕਦੇ ਸੀ ਉੱਤੇ ਨਿਸ਼ਾਨ ਲੈ ਜਾਂਦੇ ਸੀ ਜਿਹੜਾ ਪੈਨ ਪਹਿਲਾਂ ਸਾਰਿਆਂ ਦੀ ਵਾਰੀ ਸੀ ਉਹਨਾਂ 12 ਦੀ ਵਾਰੀ ਪੈਨ ਕਿੰਨੇ ਬਦਲਤਾ ਪੈਨ ਤੇ ਰਿਟਰਨਿੰਗ ਅਫਸਰ ਦੀ ਟੇਬਲ ਤੇ ਸੀ ਰੋਲਾ ਪੈ ਗਿਆ ਕਿ ਇਹਨਾਂ ਦੀਆਂ ਵੋਟਾਂ ਰੱਦ ਕਰਾਉਣ ਵਾਸਤੇ ਪੈਨ ਬਦਲਿਆ ਗਿਆ ਇਹ ਕਹਤਾ ਕਿ 12 ਜਾਣਿਆਂ ਦੀਆਂ ਵੋਟਾਂ ਉਸ ਪੈਨ ਨਾਲ ਨਿਸ਼ਾਨ ਲਾਇਆ ਗਿਆ ਜਿਹੜੇ ਪੈਨ ਦੀ ਸਿਆਹੀ ਨਹੀਂ ਮਿਲਦੀ ਇਸ ਕਰਕੇ ਵੋਟਾਂ ਜਾਰੀ ਉਹਨਾਂ ਦੀਆਂ 12 ਉਹ ਤੇ 2 ਉਹ 14 ਵੋਟਾਂ ਰੱਦ ਕਰਕੇ ਇਹਦੀਆਂ ਵੋਟਾਂ ਦੇ ਨਾਲ ਸੈਕੰਡ ਪ੍ਰੈਫਰੈਂਸ ਦੀਆਂ ਵੋਟਾਂ ਭਾਜਪੀ ਦੀਆਂ ਪੈ ਗਈਆਂ ਤੇ 15 ਵੋਟਾਂ ਵਾਲਾ ਰਾਜ ਸਭਾ ਚ ਚਲਾ ਗਿਆ ਤੇ ਉਹ ਸੁਪਰੀਮ ਕੋਰਟ ਦਾ ਵਕੀਲ ਸੀ ਔਰ ਸੀਨੀਅਰ ਵਕੀਲ ਸੀ ਉਹ ਵੋਟਾਂ ਰੱਦ ਕਰਾ ਕੇ ਘਰ ਚ ਲੱਗ ਗਿਆ ਐਨ ਮੌਕੇ ਤੇ ਆ ਕੇ ਜਿੱਦਾਂ ਉਸ ਪੈਨ ਦੀ ਸਿਆਹੀ ਬਦਲ ਗਈ ਤੇ ਪੈਨ ਬਦਲ ਗਿਆ ਸੀ ਇਹ ਤਮਾਸ਼ਾ ਲਗਭਗ ਲਗਭਗ ਮਿਲਦਾ ਜੁਲਦਾ ਅੱਜ ਹੋ ਗਿਆ ਅੱਜ ਇਹਨਾਂ ਦੀਆਂ ਵੋਟਾਂ ਅੱਗੜ ਪਿਛੜ 1 ਨੇ 2 ਨੇ 3 ਨੇ ਪਹਿਲੇ ਅੱਜ ਹੀ ਦੋ ਵੋਟਾਂ ਰੱਦ ਹੋਈਆਂ ਫਿਰ ਪਲਗਾ ਚਾਰ ਹੋ ਗਈਆਂ ਫਿਰ ਪੰਜ ਹੋ ਗਿਆ ਮਗਰੋਂ ਅਗਣਿਤ ਕਰਦੇ ਕਰੇ 6 ਹੋ ਗਈਆਂ ਟਰਨਿੰਗ ਅਫਸਰ ਸਾਹਿਬ ਪਤਾ ਨਹੀਂ ਇੱਥੇ ਕੀ ਕਰਦੇ ਸੀ ਮੁੜ ਕੇ ਕਹਿੰਦੇ ਇਹ ਵੀ ਰੱਦ ਕਰਦਿਆਂ ਕਰਦਿਆਂ ਕਹਿੰਦੇ ਜੀ 8 ਵੋਟਾਂ ਰੱਦ ਕਰਦੇ ਆ ਇਹ ਤਾਂ 5 ਵੋਟਾਂ ਵੀ ਰੱਦ ਕਰਦੇ ਤੇ ਭਾਜਪਾ ਫਿਰ ਵੀ ਜਿੱਤਦੀ ਸੀ ਇਹਦਾ ਮਤਲਬ ਕਿ ਪੱਕਾ ਯਕੀਨੀ ਕੀਤਾ ਗਿਆ ਗਰੰਟੀ ਕੀਤੀ ਗਈ ਕਿ ਕਿਸੇ ਵੀ ਸੂਰਤ ਦੇ ਵਿੱਚ ਉਹ ਬੰਦਾ ਜਿਹੜਾ ਉਹ ਜਿੱਤਣਾ ਨਹੀਂ ਚਾਹੀਦਾ ਭਾਜਪਾ ਦਾ ਉਮੀਦਵਾਰ ਹਾਰਨਾ ਨਹੀਂ ਚਾਹੀਦਾ ਜਦੋਂ ਅੰਪਾਇਰ ਤੁਹਾਡੀ ਮਰਜ਼ੀ ਦਾ ਬੈਠਾ ਹੋਵੇ ਤੇ ਆਪਣੀ ਟੀਮ ਜਿਤਾਉਣੀ ਹੋਵੇ ਤੇ ਦੂਸਰੀ ਟੀਮ ਦਾ ਬਾਲਰ ਬੋਲਿੰਗ ਕਰੀ ਜਾਵੇ ਹਰ ਵਾਰੀ ਉਹਦਾ ਨੋ ਬਾਲ ਦੇਈ ਜਾ ਨੋ ਬਾਲ ਦੇਈ ਜਾ ਉਹਦੇ ਚੌਕੇ ਮਰਵਾਏ ਜੋ ਇਹ ਤਾਂ ਸੌਖਾ ਕੰਮ ਹੁੰਦਾ ਜੋ ਕੁਛ ਐ ਠੀਕ ਨਹੀਂ ਹੋਇਆ ਇਹਦੇ ਤੋਂ ਚੰਡੀਗੜ੍ਹ ਦੇ ਲੋਕ ਜੋ ਮਹਿਸੂਸ ਕਰਨਗੇ ਮਿਹਨਤ ਦੇ ਦੋ ਆ ਜੀ ਪਾਰਲੀਮੈਂਟ ਚੋਣਾ ਹੋਣੀਆਂ ਪਤਾ ਨਹੀਂ ਉਹ ਆਪਣਾ ਉਹਦੋਂ ਕੀ ਫਤਵਾ ਦਿੰਦੇ ਜੀ ਅੱਛਾ ਪੰਨੂ ਸਭ ਇੱਕ ਪਾਸੇ ਤੁਸੀਂ ਇਹ ਗੱਲ ਕੀਤੀ ਹੈ ਕਿ ਅੱਜ ਉਹ ਕੁਝ ਮੇਰ ਦੇ ਇਲੈਕਸ਼ਨ ਚ ਹੋਇਆ ਪਰ ਉਧਰ ਕਾਂਗਰਸੀ ਵੀ ਲਗਾਤਾਰ ਮੀਟਿੰਗਾਂ ਕਰ ਰਹੀਆਂ ਨੇ ਕਰ ਰਹੇ ਨੇ ਉਹਨਾਂ ਦੇ ਪੰਜਾਬ ਮਾਵਾਂ ਦੇ ਇੰਚਾਰਜ ਦਵਿੰਦਰ ਯਾਦਵ ਵੀ ਪੰਜਾਬ ਚ ਆਏ ਹੋਏ ਨੇ ਪਹਿਲਾਂ ਅਨੰਤਪੁਰ ਸਾਹਿਬ ਆਉਂਦੇ ਨੇ ਤੇ ਉੱਥੇ ਦੋ ਤੜੇ ਜਿਹੜੇ ਨੇ ਉਹ ਬੈਸ ਬਸਾਈ ਹੋ ਜਾਂਦੇ ਨੇ ਉਹਨਾਂ ਦੇ ਸਾਹਮਣੇ ਕੱਲ ਅੰਮ੍ਰਿਤਸਰ ਦੇ ਵਿੱਚ ਵੀ ਇਹੀ ਕੁਝ ਹੋਇਆ ਪੰਨੂ ਸਭ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਇਹ ਜਿਹੜਾ ਕਾਂਗਰਸੀ ਆਪਣੇ ਇੰਚਾਰਜ ਦਾ ਸਵਾਗਤ ਕਰ ਰਹੇ ਨੇ ਇਹ ਸਵਾਗਤ ਉਹਨਾਂ ਨੂੰ ਪਾਵੇਗਾ ਜਾਂ ਨਹੀਂ ਪਾਵੇਗਾ ਜਿਹੜੀ ਰਿਪੋਰਟ ਅਖਬਾਰਾਂ ਚੋਂ ਮੈਂ ਪੜ੍ਹੀ ਜਿਓ ਖਬਰ ਸੱਚੀ ਹੈ ਇਹਨੇ ਆ ਕੇ ਆਖਿਆ ਕਿ ਤੁਹਾਨੂੰ ਪਤਾ ਪ੍ਰਾਣ ਪ੍ਰਤੀਸ਼ਟਾ ਸਮਾਗਮ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਵਿੱਚ ਭਾਜਪਾ ਦੇ ਪੱਖ ਚੋਂ ਆ ਰਿਹਾ ਇਸ ਕਰਕੇ ਇਥੋਂ ਸਾਨੂੰ ਹਿੰਦੀ ਹਿੰਦੂ ਉਮੀਦਵਾਰ ਖੜਾ ਕਰਨਾ ਪੈਣਾ ਜੇ ਗੱਲ ਸੱਚੀ ਹੋਵੇ ਕਿ ਉਹਨੇ ਆਖੀ ਫਿਰ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਨੂੰ ਖੜੇ ਪੈ ਰਿ ਆਖਣਾ ਚਾਹੀਦਾ ਉਹਨਾਂ ਦੀ ਹਾਈ ਕਮਾਂਡ ਲੋਕ ਕਮਾਂਡ ਜੋ ਵੀ ਹੈ ਰਾਹੁਲ ਗਾਂਧੀ ਵਗੈਰਾ ਰੱਬ ਦਾ ਵਾਸਤਾ ਬੰਦਾ ਵਾਪਸ ਲੈ ਜਾਓ ਇਹਨੂੰ ਪੰਜਾਬ ਦਾ ਇੰਚਾਰਜ ਨਾਲ ਉਹਨੂੰ ਤੇ ਹੁੰਦਾ ਸਾਰੀ ਪੱਠਾ ਬਿਠਾਤਾ ਉੱਥੇ ਇਕੱਲੇ ਉਹਦੇ ਕਾਂਗਰਸੀ ਬੈਠੇ ਸੀ ਦੂਸਰੇ ਸੀ ਬੈਠੇ ਗੱਲਬਾਤ ਨਿਕਲਣੇ ਸੀ ਉਹਨੇ ਆਕੇ ਹਿੰਦੂ ਸਿੱਖ ਦਾ ਮਸਲਾ ਕਿਉਂ ਛੇੜਿਆ ਇਹ ਗੱਲ ਆਪੇ ਕਿਉਂ ਕਹਿਤੀ ਕਿ ਭਾਜਪਾ ਦੇ ਪੱਖ ਚੋਂ ਹਾਰ ਬਣ ਚੁੱਕਾ ਅਜੇ ਤੱਕ ਤੇ ਕਾਂਗਰਸਪਾੜ ਸਾਰੀ ਇਹ ਕਹਿੰਦੀ ਹੈ ਕਿ ਪ੍ਰਾਣ ਪ੍ਰਤੀਸ਼ਟਾ ਸਮਾਗਮ ਧਾਰਮਿਕ ਸਮਾਗਮ ਨੂੰ ਧਾਰਮਿਕਤਾ ਨੂੰ ਰਾਜਨੀਤੀ ਨਾਲ ਜੋੜਿਆ ਗਿਆ ਭਾਜਪਾ ਦੇ ਖਿਲਾਫ ਗੱਲ ਜਾਊ ਉਹ ਕਹਿੰਦੇ ਭਾਜਪਾ ਦੇ ਪੱਖੇ ਜਾ ਚੁੱਕੀ ਜੇ ਇਹ ਗੱਲ ਸੱਚੀ ਹੋਵੇ ਕਿਹੜੀ ਉਹਨੇ ਆਖੀ ਹੈ ਫਿਰ ਸਰਾਸਰ ਗਲਤ ਐ ਇਸ ਬੰਦੇ ਨੂੰ ਕੱਢ ਦੇਣਾ ਚਾਹੀਦਾ ਕੇਐਸਆਰ ਦੇ ਵਿੱਚ ਇਹ ਹਿੰਦੂ ਉਹ ਸ਼ਹਿਰ ਦਾ ਕੈਰੈਕਟਰ ਬਦਲ ਚੁੱਕਾ ਕਿਸੇ ਵਕਤ ਹਿੰਦੂ ਜਿੱਤੇ ਹੁੰਦੇ ਸੀ ਬੜਾ ਲੰਮਾ ਸਮਾਂ ਜਿੱਤੇ ਰਹੇ ਪਰ ਹੁਣ ਸਥਿਤੀਆਂ ਬਦਲ ਚੁੱਕੀਆਂ ਭਾਜਪਾ ਵੀ ਇਸ ਗੱਲ ਨੂੰ ਮਹਿਸੂਸ ਕਰਦੀ ਹੈ ਦੋ ਵਾਰੀ ਇਥੇ ਚੀਪਖਾਲਸਾ ਦਵੰਦ ਦੇ ਪ੍ਰਧਾਨ ਸਰਦਾਰ ਕਿਰਪਾਲ ਸਿੰਘ ਜਿੱਤ ਚੁੱਕੇ ਦੋ ਵਾਰੀ ਭਾਜਪਾ ਵੱਲੋਂ ਸਰਦਾਰ ਹਦਿਆ ਸਿੰਘ ਸੋਢੀ ਸਿੱਖ ਜਿੱਤ ਚੁੱਕਾ ਤਿੰਨ ਵਾਰੀ ਨਵਜੋਤ ਸਿੰਘ ਸਿੱਧੂ ਸਿੱਖ ਜਿੱਤ ਚੁੱਕਾ ਇਹਨਾਂ ਤੋਂ ਬਾਅਦ ਮੁੜ ਕੇ ਅਰਣਜੀਤ ਲਈ ਹਿੰਦੂ ਲਿਆਂਦਾ ਸੀ ਦਿੱਲੀ ਤੋਂ ਇਹ ਕਹਿ ਕੇ ਕਿ ਤਾਂ ਜਿੱਤਿਆ ਹੀ ਪਿਆ ਉਹ ਬੜੀ ਬੁਰੀ ਤਰ੍ਹਾਂ ਹਾਰ ਕੇ ਗਿਆ ਤੇ ਉਥੋਂ ਫਿਰ ਸਿੱਖ ਜਿੱਤ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਸ੍ਰੀਪਾ ਦੇ ਦਿੱਤਾ ਫਿਰ ਗੁਰਜੀਤ ਸਿੰਘ ਔਜਲਾ ਜਿੱਤ ਗਿਆ ਉਹ ਸਿੱਖ ਗਿਆ ਦੋਰੀ ਵਾਰੀ ਉਹ ਫਿਰ ਜਿੱਤ ਗਿਆ ਜੀ ਫਿਰ ਤੁਸੀਂ ਜੇ ਕਾਂਗਰਸ ਆ ਲੈਣਾ ਵੀ ਆ ਓਮਪ੍ਰਕਾਸ਼ ਸੋਨੀ ਆ ਸਰਕਟੋ ਹਸੜਾ ਕਿੰਨੀ ਕਿਸਮ ਦੇ ਵਾਦੋ-ਵਾਦਾਂ ਚ ਕਿੰਨੀ ਵਾਰੀ ਉਹਦੀ ਵਿਜੀਲੈਂਸ ਪੁੱਛਗਿੱਛ ਕਰ ਚੁੱਕੀ ਆ ਸਾਰੇ ਸ਼ਹਿਰ ਚ ਉਹਦਾ ਜੋ ਅਕਸ-ਉਕਸਾ ਘਾ ਲੋਕਾਂ ਨੂੰ ਪਤਾ ਹੀ ਆ ਜੀ ਇਹੋ ਜਿਹੇ ਮੌਕਿਆਂ ਤੇ ਜੋ ਕੁਝ ਇਹਨਾਂ ਨੇ ਕੱਲ ਕਪੱਤ ਕੀਤਾ ਪਹਿਲਾਂ ਬਲਾਚੌਰ ਤੋਂ ਉਨੇ ਉੱਥੇ ਆ ਅਗਲੀ ਵਾਰੀ ਪਤਾ ਨਹੀਂ ਇਹਨਾਂ ਦੀ ਲਿਸਟ ਦੇ ਉੱਤੇ ਕਿਹੜੀ ਆ ਜੇ ਇਹੋ ਕੋਈ ਦੋ ਤਿੰਨ ਥਾਵਾਂ ਤੇ ਹੋਰ ਕੀਤਾ ਇਹ ਜਿਹੜਾ ਨਵਾਂ ਇਹਨਾਂ ਚਾਰਜ ਬਣਾ ਕੇ ਦਿੱਲੀ ਤੋਂ ਭੇਜਿਆ ਤੁਸੀਂ ਸਮਝ ਲਓ ਕੋ ਚੋਣਾਂ ਤੋਂ ਪਹਿਲਾਂ ਇਹ ਕਾਂਗਰਸ ਦਾ ਪੱਠਾ ਪੰਜਾਬ 'ਚ ਬਿਠਾਉਣ ਵਾਸਤੇ ਉਤਰਿਆ ਪਿਆ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਸੋਚਣਾ ਚਾਹੀਦਾ ਕਿ ਅਸੀਂ ਕੀ ਕਰਦੇ ਪਏ ਜੀ ਪੰਨੂ ਸਾਹਿਬ ਅਗਲੀ ਖਬਰ ਵੱਲ ਵਧਦੇ ਹਾਂ ਸੀਏਏ ਯਾਨੀ ਕਿ ਸਿਟੀਜ਼ਨ ਅਮੈਂਡਮੈਂਟ ਐਕਟ ਨਾਗਰਿਕਤਾ ਸੋਧ ਬਿੱਲ ਨੂੰ ਕਿਹਾ ਇੱਕ ਕੇਂਦਰੀ ਮੰਤਰੀ ਨੇ ਕਿ ਉਹਨੂੰ ਹੁਣ ਅਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਪੂਰੇ ਦੇਸ਼ 'ਚ ਲਾਗੂ ਕਰ ਦਿਆਂਗੇ ਪੰਨੂ ਸਾਹਿਬ ਇਹ ਹੁਣ ਬਿਆਨ ਤੇ ਇਹਦਾ ਬਿਆਨ ਦਾ ਕੀ ਅਸਰ ਹੋਊਗਾ ਇੱਕ ਲਫ਼ਜ਼ ਭਾਰਤ ਦੀ ਰਾਜਨੀਤੀ ਚ ਵਰਤਿਆ ਜਾਂਦਾ ਫੇਲਰ ਮੈਨੂੰ ਪਤਾ ਬਾਕੀ ਦੇਸ਼ਾਂ ਚ ਐਕ ਨਹੀਂ ਇਹ ਲਫ਼ਜ਼ ਇੰਦਰਾ ਗਾਂਧੀ ਦੇ ਵਕਤ ਸ਼ੁਰੂ ਹੋਇਆ ਸੀ ਉਹਦੇ ਪੁੱਤਰ ਸੰਜੇ ਗਾਂਧੀ ਦੀ ਟੋਲੀ ਨੇ ਸ਼ੁਰੂ ਕੀਤਾ ਸੀ ਕਹਿੰਦੇ ਹੁੰਦੇ ਸੀ ਹੁਣ ਭਾਰਤ ਸਰਕਾਰ ਆਹ ਕਰੇਗੀ ਕਿ ਲੋਕ ਚੁੱਪ ਰਹਿ ਤੇ ਕਰ ਦਿਓ ਜੇ ਜਾਪਿਆ ਕਿ ਲੋਕ ਵਿਰੋਧ ਕਰਦੇ ਆ ਤੇ ਫਿਰ ਆਖਣਾ ਉਹ ਤਾਂ ਸਾਡੇ ਇੱਕ ਬੰਦੇ ਦੇ ਵਿਚਾਰ ਸੀ ਪਾਰਟੀ ਦੇ ਵਿਚਾਰ ਨਹੀਂ ਗੇ ਅਸੀਂ ਵਾਪਸ ਲੈ ਲਏ ਉਹਨੂੰ ਕਹਿੰਦਾ ਤੂੰ ਨਾ ਦੁਬਾਰਾ ਇਹ ਤੇ ਗੱਲ ਕਰੀ ਉਦੋਂ ਇਹ ਲਫ਼ਜ਼ ਚੱਲ ਰਿਹਾ ਸੀ ਕਿ ਇਹ ਫੀਲਰ ਸੁੱਟਦੇ ਆ ਜਨਤਾ ਦੀਆਂ ਭਾਵਨਾਵਾਂ ਨੂੰ ਫੀਲ ਕਰਨ ਵਾਸਤੇ ਮਹਿਸੂਸ ਕਰਨ ਵਾਸਤੇ ਕਿ ਜਨਤਾ ਇਹਦਾ ਸਹਿਮਤ ਹੁੰਦੀ ਕਿ ਨਹੀਂ ਆ ਜੋ ਅਸੀਂ ਕਰਨ ਲੱਗੇ ਪੁੱਠਾ ਕੰਮ ਜਨਤਾ ਬਰਦਾਸ਼ਤ ਕਰੂਕ ਨਹੀਂ ਕਿਤੇ ਜਨਤਾ ਭੜਕਦਾ ਨਹੀਂ ਪਊਗੀ ਇਹ ਫੀਲਰ ਲਫ਼ਜ਼ ਹੁੰਦਾ ਸੀ ਇਦਾਂ ਦੇ ਫੀਲਰ ਬਾਅਦ ਚ ਹੋਰ ਵੀ ਕਈ ਸਰਕਾਰਾਂ ਸੁੱਟਦੀਆਂ ਰਹੀਆਂ ਪਰ ਸਭ ਤੋਂ ਵੱਧ ਇਹੋ ਜਿਹੇ ਫੀਲਰ ਸੁੱਟੇ ਸੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਇੱਕ ਵਾਰੀ ਉਹਨਾਂ ਨੇ ਆਪਣੇ ਇੱਕ ਸਦਾਰਤਕਰ ਤੋਂ ਇੱਕ ਬਿਆਨ ਦਵਾਤਾ ਕਿ ਜੰਮੂ ਕਸ਼ਮੀਰ ਦੇ ਤਿੰਨ ਟੁਟੇ ਕਰ ਦੇਣਾ ਚਾਹੀਦਾ ਜੰਮੂ ਡਿਵੀਜ਼ਨ ਜਿਹੜੀ ਉਹ ਚ ਹਿੰਦੂ ਆਬਾਦੀ ਵਧਿਆ ਇੱਕ ਹਿੰਦੂ ਜੰਮੂ ਬਣਾ ਦਿਓ ਇੱਕ ਮੁਸਲਮ ਕਸ਼ਮੀਰ ਬਣਾ ਦਿਓ ਇੱਕ ਬੋਧੀਆਂ ਦਾ ਲਦਾਖ ਬਣਾ ਦਿਓ ਇਹ ਤਿੰਨ ਬਣਾ ਦਿਓ ਇੱਥੇ ਪੈ ਗਿਆ ਰੌਲਾ ਸਾਰੇ ਦੇਸ਼ 'ਚ ਕਿ ਤੁਸੀਂ ਤਿੰਨ ਧਰਮਾਂ ਦੇ ਨਾਂ ਤੇ ਜੰਮੂ ਕਸ਼ਮੀਰ ਦੀ ਵੰਡ ਕਰਨ ਲੱਗੇ ਤਿੰਨ ਮਹੀਨੇ ਰੌਲਾ ਪਿੰਦਾ ਰਿਹਾ ਫਿਰ ਪ੍ਰਧਾਨ ਮੰਤਰੀ ਬਾਜਪਾਈ ਨੇ ਇਹ ਆਖਿਆ ਕਿ ਉਹ ਬੰਦਾ ਤੇ ਭਾਵੇਂ ਸਾਡਾ ਸਦਾਤਕ ਤੌਰ ਤੇ ਸਾਡੇ ਨਾਲ ਜੁੜਿਆ ਪਰ ਜਿਹੜਾ ਉਹਨੇ ਇਹ ਸਿਧਾਂਤ ਪੇਸ਼ ਕੀਤਾ ਪਾਰਟੀ ਦਾ ਨਹੀਂ ਕਹ ਉਹਨੇ ਆਪਣੇ ਤੌਰ ਤੇ ਗੱਲ ਕਹਿਤੀ ਸੀ ਅਸੀਂ ਉਹ ਨਾਲ ਸਹਿਮਤ ਨਹੀਂ ਇਹ ਪਾਰਟੀ ਦੀ ਰਾਏ ਨਹੀਂ ਇਸ ਕਰਕੇ ਵਾਪਸ ਲਈ ਜਾਂਦੀ ਹੈ ਤੇ ਉਹਨੇ ਬੰਦੇ ਨੇ ਵੀ ਆਖਿਆ ਉਦੋਂ ਇਹ ਗੱਲ ਚਰਚਾ ਚਾਈ ਸੀ ਕਿ ਇੰਦਰਾ ਗਾਂਧੀ ਤੇ ਉਹਦੇ ਪੁੱਤਰ ਸੰਜੀਤ ਗਾਂਧੀ ਦੀ 1970 ਤੋਂ ਲੈ ਕੇ 77 ਤੱਕ ਫੀਲਡ ਸੁੱਟਣ ਵਾਲੀ ਜਿਹੜੀ ਹਾਲਤ ਸੀ 77 ਤੋਂ 22 ਸਾਲ ਬਾਅਦ ਆਕੇ ਮੁੜ ਕੇ ਇਹਨਾਂ ਨੇ ਅਟਲ ਬਿਹਾਰੀ ਵਾਜਪਾਈ ਹੋਰਾਂ ਨੇ ਉਹ ਆਦਤ ਸ਼ੁਰੂ ਕੀਤੀ ਹੈ ਕਿ ਆਪਾਂ ਵੀ ਫੀਲਰ ਛੁੱਟ ਕੇ ਵੇਖੀਏ ਇਹ ਫੀਲਰ ਛੋਟ-ਛੋਟ ਕੇ ਉਹਨਾਂ ਨੇ ਫਿਰ ਕਈ ਕੰਮ ਇਦਾਂ ਦੇ ਕੀਤੇ ਜਿਹੜੇ ਆਖਿਆ ਵੀ ਇਦਾਂ ਕਰਦੇ ਹੋ ਇਦਾਂ ਕਰਦੇ ਲੋਕੀ ਤਾਂ ਇਹ ਵੀ ਕਹਿੰਦੇ ਸੀ ਕਿ ਜਿਹੜਾ ਮਤਲਬ ਗੁਜਰਾਤ ਦੇ ਵਿੱਚ ਦੋ ਤਿੰਨ ਬੰਦਿਆਂ ਤੋਂ ਸੋਨੀਆ ਗਾਂਧੀ ਬਾਰੇ ਗੰਦੀਆਂ ਗਾਲਾਂ ਕਢਵਾਈਆਂ ਗਿਆ ਤਿੰਨ ਦਿਨ ਤੱਕ ਭਾਜਪਾ ਲੀਡਰਸ਼ਿਪ ਚੁੱਪ ਕੀਤੀ ਰਹੀ ਪ੍ਰਧਾਨ ਮੰਤਰੀ ਵਾਜਪਾਈ ਸਾਹਿਬ ਹੁੰਦੇ ਸੀ ਜੋ ਸਾਰੇ ਦੇਸ਼ ਚ ਰੌਲਾ ਪੈ ਗਿਆ ਤੇ ਫਿਰ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਸੀਨੀਅਰ ਮੰਤਰੀ ਕੇਂਦਰ ਦੇ ਸ਼ਾਂਤਾ ਕੁਮਾਰੋ ਬੋਲੇ ਉਹਨੇ ਆਖਿਆ ਸਾਡਾ ਭਾਰਤ ਦਾ ਕਲਚਰ ਨਹੀਂ ਅਗਦੀਆਂ ਗਾਲਾਂ ਨਾ ਕਢੋ ਉਹਦੇ ਤੋਂ ਬਾਅਦ ਵਾਜਪਾਈ ਸਾਹਿਬ ਬੋਲੇ ਕਿਉਂਕਿ ਉਹ ਕਹਿੰਦੇ ਸੀ ਲੋਕੀ ਇਹ ਫੀਲਰ ਸੁੱਟਿਆ ਵੀ ਕਾਂਗਰਸ ਵਾਰੇ ਅਸੀਂ ਕਿੰਨਾ ਕੁਝ ਕਹਿ ਸਕੀ ਤੇ ਲੋਕੀ ਕਿੰਨਾ ਕੁ ਬਰਦਾਸ਼ਤ ਕਰਦੇ ਆ ਜਦੋਂ ਵੇਖਿਆ ਪੁੱਠਾ ਪਿੰਦਾ ਤੇ ਫਿਰ ਵਾਜਪਾਈ ਨੇ ਸਾਹਿਬ ਨੇ ਆਖਿਆ ਸੀ ਮੈਂ ਇਹਨਾਂ ਨੂੰ ਬਰਦਾਸ਼ਤ ਨਹੀਂ ਕਰੂੰਗਾ ਪਰ ਸਜ਼ਾ ਵੀ ਕੋਈ ਨਹੀਂ ਹੋਤੀ ਮੈਂ ਬਰਦਾਸ਼ਤ ਨਹੀਂ ਕਰੂੰਗਾ ਇਹੋ ਹੀ ਖੇਡ ਉਦੋਂ ਤੋਂ ਲੈ ਕੇ ਅੱਜ ਤੱਕ ਮੋਦੀ ਸਾਹਿਬ ਖੇਡਦੇ ਆ ਸਾਧਵੀ ਪਰਗਿਆ ਮਹਾਤਮਾ ਗਾਂਧੀ ਦੇ ਖਿਲਾਫ ਬੋਲੇ ਤਾਂ 2 ਦਿਨ ਤੱਕ ਰੌਲਾ ਪਿੰਦਾ ਰਵੇ ਤੀਜੇ ਦਿਨ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਸਾਹਿਬ ਕਹਿੰਦੇ ਮੈਂ ਇਹਨੂੰ ਬਰਦਾਸ਼ਤ ਨਹੀਂ ਕਰੂੰਗਾ ਮੈਂ ਸਾਰੀ ਉਮਰ ਬਰਦਾਸ਼ਤ ਨਹੀਂ ਕਰੂੰਗਾ ਉਹ ਜਿੱਤ ਗਈ ਤੇ ਉਹਨੂੰ ਜਾ ਕੇ ਬਹੁਤ ਮਹੱਤਵਪੂਰਨ ਕਮੇਟੀ ਭਾਰਤ ਦੀਆਂ ਫੌਜਾਂ ਬਾਰੇ ਕਮੇਟੀ ਦੀ ਪਾਰਲੀਮੈਂਟ 'ਚ ਮੈਂਬਰ ਬਣਾ ਦਿੱਤਾ ਜੇ ਬਰਦਾਸ਼ਤ ਨਹੀਂ ਕਰ ਦਿੱਤੇ ਕਿਦਾਂ ਉਹਨਾਂ ਦੇ ਇੱਕ ਲੀਡਰ ਨੇ ਸਾਬਕਾ ਮੁੱਖ ਮੰਤਰੀ ਸਾਬ ਸਿੰਘ ਵਰਮਾ ਦੇ ਪੁੱਤਰ ਨੇ ਦਿੱਲੀ 'ਚ ਬਹੁਤ ਪੁੱਠੇ ਲੌਜ ਬੋਲੇ ਜਿਹਦੇ ਸਾਰੇ ਦੇਸ਼ 'ਚ ਨੁਕਤਾ ਚਿੰਨੀ ਹੋਈ ਚੋਣ ਕਮਿਸ਼ਨ ਨੂੰ ਸਖਤ ਸਟੈਂਡ ਲੈਣਾ ਪਿਆ ਸੁਪਰੀਮ ਕੋਰਟ ਜਾਣਾ ਪਿਆ ਮੋਦੀ ਸਾਹਿਬ ਨੇ ਆਖਿਆ ਮੈਂ ਬਰਦਾਸ਼ਤ ਨਹੀਂ ਕਰੂੰਗਾ ਪਰ ਜਦੋਂ ਦਿੱਲੀ 'ਚ ਉਹ ਵਿਲੇ ਹੋਏ ਜਾ ਕੇ ਰਾਸ਼ਟਰਪਤੀ ਦੇ ਭਾਸ਼ਣ ਤੇ ਬਹਿ ਸ਼ੁਰੂ ਹੋਈ ਤੇ ਬਹਿਸ ਉਸ ਮੁੰਡੇ ਤੋਂ ਸ਼ੁਰੂ ਕਰਾਈ ਸਿਰਫ ਇਹ ਦੱਸਣ ਵਾਸਤੇ ਕਿ ਬਾਹਰ ਜੋ ਮਰਜ਼ੀ ਆਖਿਆ ਹੋਵੇ ਇਸ ਮੁੰਡੇ ਦੀ ਪਿੱਠ 'ਤੇ ਅਸੀਂ ਹਾਂ ਇਹ ਉਦੋਂ ਵੀ ਪਤਾ ਲੱਗ ਗਿਆ ਸੀ ਹੁਣ ਵੀ ਆ ਸੀਏਏ ਦਾ ਜਿਹੜਾ ਕਾਨੂੰਨ ਹੈ ਜਿਹੜਾ ਸਿਟੀਨ ਅਮੈਂਡਮੈਂਟ ਐਕਟ ਹੈ 2019 ਚ ਪਾਸ ਕੀਤਾ ਸੀ ਹੁਣ ਤੱਕ ਲਾਗੂ ਕਿਉਂ ਨਹੀਂ ਕੀਤਾ ਹੁਣ ਲਾਗੂ ਕਰਨ ਦੀ ਤਿਆਰੀ ਆ ਜੀ ਪਰ ਤਿਆਰੀ ਤੋਂ ਪਹਿਲਾਂ ਇੱਕ ਕੇਂਦਰੀ ਮੰਤਰੀ ਤੋਂ ਫੀਲਰਸ ਪਾਇਆ ਗਿਆ ਕਿ ਜਨਤਾ ਦੀ ਨਬਜ਼ ਫੀਲ ਕਰੋ ਕਿ ਜਨਤਾ ਕਿੰਨਾ ਘਰ ਚੁੱਕਦੀ ਹੈ ਪ੍ਰਾਣ ਪ੍ਰਤਿਸ਼ਟਾ ਸਮਾਗਮ ਤੋਂ ਬਾਅਦ ਜਨਤਾ ਦਾ ਮੂਡ ਕੀ ਹੈ ਇਹ ਵੇਖਣ ਵਾਸਤੇ ਆਗਾ ਲੱਖੀ ਗਿਆ ਜੇ ਜਨਤਾ ਨੇ ਕੋਈ ਖਾਸ ਵਿਰੋਧ ਨਾ ਕੀਤਾ ਲਾਗੂ ਕਰਦੇ ਨੇ ਲਾਗੂ ਕਰਨ ਨੂੰ ਕੀ ਇੱਕੋ ਦਿਨ ਚ ਸੋਚ ਕਰਦੇ ਇਹਦੇ ਵਿੱਚ ਕੀ ਹੈ ਜੀ ਕਿ ਗਵਾਂਡ ਦੇ ਦੇਸ਼ਾਂ ਚੋਂ afghanistan pakistan nepal bhutan ਇਹ ਜਿਹੜੇ ਵੀ ਆ ਇਹਨਾਂ ਚੋਂ 6 ਧਰਮਾਂ ਦੇ ਜਿਹੜੇ ਵੀ ਲੋਕ ਹੈ ਹਿੰਦੂ ਸਿੱਖ ਇਸਾਈ ਬੋਧੀ ਜੈਨੀ ਪਾਰਸੀ ਇਹਨਾਂ ਚੋਂ ਜਿਹੜਾ ਵੀ ਉਥੋਂ ਦੀਆਂ ਸਰਕਾਰਾਂ ਤੋਂ ਤੰਗ ਹੋਵੇ ਇੱਥੇ ਆ ਕੇ ਸਿਟੀਜ਼ਨਸ਼ਿਪ ਲੈਣਾ ਚਾਵੇ ਲੈ ਸਕਦਾ ਇਹੋ ਜੀਆਂ ਗੱਲਾਂ ਵਾਸਤੇ ਅਰਜੀ ਦੇਣ ਵਾਸਤੇ ਪਹਿਲਾਂ 11 ਸਾਲ ਮਿਆਦ ਹੁੰਦੀ ਸੀ ਕਟਾ ਕੇ 5 ਸਾਲ ਕਰ ਦਿੱਤੀ ਇਹ ਆਖ ਕੇ ਇੱਥੇ ਆ ਸਕਦੇ ਰੋਲਾ ਪੈ ਗਿਆ ਕਿ ਮੁਸਲਮਾਨ ਕਿਉਂ ਰੱਖੇ ਕਹਿੰਦੇ ਜੀ ਉਹ ਆਂਗਵਾਂ ਦੇ ਦੇਸ਼ ਜਿਹੜੇ ਉੱਥੇ ਮੁਸਲਮਾਨਾਂ ਨੂੰ ਕੋਈ ਖਤਰਾ ਨਹੀਂ ਤੇ ਇਸ ਕਰਕੇ ਉਹਨਾਂ ਦੇ ਆਉਣ ਦੀ ਕੋਈ ਸੰਭਾਵਨਾ ਨਹੀਂ ਜਿਹੜੇ ਛੇ ਧਰਮਾਂ ਦੀ ਸੰਭਾਵਨਾ ਉਹ ਰੱਖਿਆ ਇਨੂੰ ਇੱਕ ਦਾ ਕਮਿਊਨਲ ਫਿਰਕੂ ਜਿਹੜਾ ਇੱਕ ਆਖਿਆ ਗਿਆ ਪਰ ਸਰਕਾਰ ਕਿਉਂਦੀ ਹੈ ਕਿ ਅਸੀਂ ਇਹਦੇ ਉੱਤੇ ਇੱਕ ਵਾਰੀ ਵੇਖੀ ਲੋਕਾਂ ਦੀ ਨਜ਼ਰ ਫਿਰ ਕਰੀਏ ਜੀ ਅਜੇ ਤੱਕ ਲਾਗੂ ਕੀਤਾ ਨਹੀਂ ਗਿਆ ਪਾਰਲੀਮੈਂਟ ਚੋਣ ਦੇ ਵਿੱਚ ਹੁਣ ਬਹੁਤਾ ਸਮਾਂ ਨਹੀਂ ਅੱਜ 30 ਤਰੀਕ ਹੋ ਗਈ ਹੈ ਅਗਲੇ 10 12 ਦਿਨਾਂ ਤੱਕ ਚੋਣ ਕਮਿਸ਼ਨ ਕਿਸੇ ਵਕਤ ਵੀ ਲੋਕ ਸਭਾ ਚੋਣਾਂ ਦਾ ਐਲਾਨ ਕਰ ਸਕਦਾ ਹੈ ਉਹਦੇ ਤੋਂ ਪਹਿਲਾਂ ਇੱਕ ਕੇਂਦਰੀ ਮੰਤਰੀ ਦਾ ਬਿਆਨ ਦੇਣਾ ਇਹ ਦੱਸਦਾ ਕਿ ਇੱਕ ਫੀਲਰ ਫੇਰ ਛੁੱਟਿਆ ਗਿਆ ਜੇ ਇਹ ਚੱਲ ਗਿਆ ਤੇ ਤੀਰ ਨੇ ਤੁਕਾ ਸੀ ਪਾਸੇ ਪਿਆ ਰੱਖਾ ਦਿਆਂ ਇਹ ਇੱਕ ਤਰੀਕਾ ਵਰਤਿਆ ਗਿਆ ਅਗਲੇ ਦਿਨ ਅਜ ਪਤਾ ਲੱਗੂਗਾ ਸਰਕਾਰ ਕਰਨਾ ਕੀ ਚਾਹੁੰਦੀ ਹੈ ਬਿਲਕੁਲ ਠੀਕ ਮਨੂ ਸਾਹਿਬ ਤੇ ਅੱਕੇ ਵਾਦਾਂ ਅਗਲੀ ਖਬਰ ਲੈਣੀ ਹੈ ਗੁਆਂਡੀ ਮੁਲਕ ਪਾਕਿਸਤਾਨ ਤੋਂ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੇਸ਼ੀ ਨੂੰ ਦਾਦਾ ਸਾਲ ਦੀ ਸਜ਼ਾ ਹੋਈ ਹੈ ਇਹ ਕਿਹੜੇ ਮਾਮਲੇ ਚ ਸਜ਼ਾ ਹੋਈ ਹੈ ਤੇ ਹੁਣ ਅੱਗੇ ਇਹਨਾਂ ਦਾ ਬਣ ਕੀ ਸਕਦਾ ਸਿਆਸੀ ਤੌਰ ਤੇ ਭਵਿੱਖ ਤੁਸੀਂ ਕਿਵੇਂ ਦੇਖਦੇ ਹੋ ਸ਼ਾਹ ਮਹਿਮੂਦ ਕੁਰੇਸ਼ੀ ਕਿਸੇ ਵਕਤ ਫੌਜ ਦਾ ਬੰਦਾ ਗਿਣਿਆ ਜਾਂਦਾ ਸੀ ਫੌਜੀ ਰਾਜ ਵੀ ਵਿਦੇਸ਼ ਮੰਤਰੀ ਰਿਹਾ ਇਹਦੇ ਨਾਲ ਇਮਰਾਨ ਖਾਨ ਨਾਲ ਵੀ ਰਿਹਾ ਇਹਨੂੰ ਫੌਜ ਦਾ ਬੰਦਾ ਗਿਣਦੇ ਸੀ ਔਰ Imran Khan ਨੂੰ ਤੇ ਪ੍ਰਧਾਨ ਮੰਤਰੀ ਫੌਜ ਨੇ ਬਣਾਇਆ ਸੀ ਇਹਦੇ ਕੋਲ ਉਹਦੋਂ ਜ਼ਾਬਦਾ ਸੀ ਇਹਦੀਆਂ ਸੀਟਾਂ ਨਹੀਂ ਆਉਣੀਆਂ ਫੌਜ ਨੇ ਇਹਦੇ ਬਰਾਬਰ ਦੇ ਉੱਤੇ ਇੱਕ ਪਾਰਟੀ ਖੜੀ ਕਰਤੀ ਸੀ ਹਾਫਿਜ਼ ਸੈਦ ਦੇ ਭਰਾ ਨੂੰ ਅੱਗੇ ਲਾ ਕੇ ਉਹਦੇ ਭੁਣੇ ਨੂੰ ਅੱਗੇ ਲਾ ਕੇ ਮੱਕੀ ਨੂੰ ਜਦੋਂ Imran Khan ਨੇ ਜਾ ਕੇ ਹੱਥ ਜੋੜ ਦਿੱਤੇ ਕਿ ਤੁਸੀਂ ਮੈਨੂੰ ਬਣਾਓ ਕਿਸ ਤਰੀਕੇ ਇਹਨਾਂ ਨੂੰ ਗਲ ਲਾਓ ਤੇ ਫਿਰ ਹਾਫਿਜ਼ ਸੈਦ ਨੂੰ ਕਹਤਾ ਚੁੱਪ ਕਰ ਜਾ ਆਪਣੇ ਭੁਣੇ ਨੂੰ ਪਿਛੇ ਟ ਕਰ ਲਓ ਸਾਰੀਆਂ ਵੋਟਾਂ ਇਹਨਾਂ ਨੂੰ ਪਵਾਤੀਆਂ ਤੇ Imran Khan ਪ੍ਰਧਾਨ ਮੰਤਰੀ ਬਣ ਗਿਆ ਬਣ ਤੋਂ 2 ਸਾਲ ਨਹੀਂ ਕੱਡੇ ਫੌਜ ਨਾਲ ਡੜਕਾ ਪਾ ਬੈਠਾ ਇਹਦੀ ਆਪਣੇ ਕ腐ਸ਼ਨ ਦੇ ਕਿਸੇ ਵੀ ਬਹੁਤ ਇਹਦੇ ਨਾਲੋਂ ਜ਼ਿਆਦਾ ਇਹਦੀ ਪਤਨੀ ਨੇ ਮਸ਼ਹੂਰ ਸੀ ਫੌਜ ਵਾਲਿਆਂ ਨੂੰ ਕਿਸੀਆਂ ਨੂੰ ਲਿਆ ਤਖਤਾ ਪਲਟਤਾ ਜਿੱਦਣ ਤਖਤਾ ਪਲਟਣਾ ਸੀ ਉਸ ਦਿਨ ਦੀ ਵੀ ਖਬਰ ਆ ਗਈ ਕਿ Imran Khan ਨੇ ਇੱਕ ਨਵੇਂ ਜਰਨਰਲ ਨੂੰ ਆਖਿਆ ਸੀ ਤੂੰ ਜਾ ਕੇ ਚਾਰਜ ਲੈਣਾ ਪਰ ਪ੍ਰੈਸ ਉਹ ਚੜ੍ਹਦਾ ਨਹੀਂ ਸੀ ਪਾਇ ਔਰ ਆਪਣੀ ਸਰਕਾਰੀ ਕੋਠੀ ਦੇ ਵਿੱਚ ਡਿੱਗਦਾ ਪਿਆ ਸੀ ਕਿ ਹੁਣ ਹੈਲੀਕਾਪਟਰ ਆ ਕੇ ਕੋਠੀ 'ਚ ਉਤਰੂਗਾ ਤੇ ਉਹ ਜਰਨਰਲ ਆ ਕੇ ਮੈਨੂੰ ਸਲੂਟ ਮਾਰ ਕੇ ਆਖੂਗਾ ਕਿ ਮੈਂ ਫੌਜ ਦਾ ਚਾਰਜ ਲੈ ਆਇਆ ਇਹ ਡਿੱਗਦਾ ਪਿਆ ਹੈ ਉਨਚੇ ਨੂੰ ਹੈਲੀਕਾਪਟਰ ਉਤਰਿਆ ਦੋ ਜਰਨੈਲ ਉਤਰੇ ਸਿੱਧੇ ਡ੍ਰੈਗ ਰੂਮ ਚਲੇ ਗਏ ਅਗਲੇ ਪਾਸੇ Imran Khan ਹੱਕ ਬੱਕਾ ਰਹਿ ਗਿਆ ਕਿ ਇਹ ਤੇ ਉਹੀ ਆਗੇ ਜਿਹਨਾਂ ਨੂੰ ਲਾਉਣ ਵਾਸਤੇ ਭੇਜਿਆ ਸੀ ਮੁੜ ਕੇ ਕਹਿੰਦੇ ਆ ਪਤਾ ਨਹੀਂ ਕੀ ਕੋਸ਼ਿਸ਼ ਆ ਤਿੰਨ ਚਾਰ ਦਿਨ ਆਪਣੀ ਅੱਖ ਲੋਕਾਂ ਤੋਂ ਲਗਾਉਣ ਵਾਸਤੇ ਉੱਤੇ ਕੋ ਦਾਗ ਪੈ ਗਿਆ ਸੀ ਇਹ ਅਨਕਲਾ ਕੇ ਫਿਰਦਾ ਰਿਹਾ ਸੀ ਜੀ ਇਹਨੂੰ ਗੱਡੀ ਤੋਂ ਲਾਹਤਾ ਗਿਆ ਇਹਦੀ ਸਾਹ ਦੇ ਉੱਤੇ ਸਾਰੀਆਂ ਪਾਰਟੀਆਂ ਗੱਠਜੋੜ ਫੌਜ ਦੀਆਂ ਆਖਾ ਇਕੱਠੇ ਹੋਏ ਉਹਨਾਂ ਨੂੰ ਇਕੱਠੇ ਕਰਕੇ ਤੇ ਇੱਕ ਉਹ ਸਰਕਾਰ ਬਣਾਤੀ ਸਰਕਾਰ ਕਿਹਦੀ ਬਣਾਈ ਉਹੋ ਹੀ ਨਵਾਜ਼ ਸ਼ਰੀਫ ਜਿਹਦਾ ਇੱਕ ਵਾਰੀ ਤਖਤਾ ਫੌਜ ਨੇ ਪਲਟਿਆ ਸੀ ਜਰਨਲ ਮੁਸ਼ਰਫ ਨੂੰ ਅੱਗੇ ਲਾ ਕੇ ਉਸੇ ਨਵਾਜ਼ ਸ਼ਰੀਫ ਨੂੰ ਲਿਆਂਦਾ ਆ ਪਿਛਲੇ ਹਫਤੇ ਨਵਾਜ਼ ਸ਼ਰੀਫ ਦੀ ਬੇਟੀ ਮਰੀਮ ਨੇ ਇਹ ਗੱਲ ਸਿੱਧੇ ਤੌਰ ਤੇ ਕਹਤੀ ਹੈ ਕਿ ਮੇਰਾ ਬਾਪ ਤਾਂ ਇੰਗਲੈਂਡ 'ਚ ਬੈਠਾ ਆਰਾਮ ਦੀ ਜ਼ਿੰਦਗੀ ਗੁਜ਼ਾਰ ਰਿਹਾ ਸੀਗਾ ਕੋਈ ਆਉਣ ਦੀ ਲੋੜ ਹੀ ਨਹੀਂ ਸੀ ਉਹ ਤਾਂ ਫੌਜ ਦੇ ਜਰਨਲ ਵਾਪਸ ਲੈ ਕੇ ਆਏ ਇਹ ਗੱਲ ਉਹ ਨਾ ਵੀ ਪਬਲਿਕ ਵਿੱਚ ਕਹਿੰਦੀ ਤੇ ਤਾਂ ਵੀ ਸਰਦਾ ਸੀ ਪਰ ਉਹਨੇ ਕਈ ਕਦਮ ਲਿਆ ਤਾਂ ਕਿ ਫੌਜ ਦੇ ਸਮਰਥਕ ਜਿਹੜੇ ਆ ਸਾਰੇ ਦੇਸ਼ 'ਚ ਫੈਲੇ ਪਏ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਕਿ ਸਾਡੀ ਪਿੱਛੇ ਫੌਜ ਆ ਤੇ ਜਨਰਲ ਪਬਲਿਕ ਨੂੰ ਵੀ ਪਤਾ ਲੱਗ ਜਾਵੇ ਕਿ ਜੇ ਤੁਸੀਂ ਆਸਾ-ਪਾਸਾ ਕੀਤਾ ਤੇ ਫੌਜ ਤੁਹਾਨੂੰ ਕੁੱਟੂਗੀ ਬਹੁਤ ਸਰੀਦ ਦੁਨੀਆ 'ਚ ਮਸ਼ਹੂਰ ਖਾਸ ਕਰਕੇ ਪਾਕਿਸਤਾਨ 'ਚ ਮਸ਼ਹੂਰ ਆ ਕਿ ਪਾਕਿਸਤਾਨ ਦੀ ਫੌਜ ਬਾਹਰ ਜਾਵੇ ਕਦੇ ਜਿੱਤ ਕੇ ਨਹੀਂ ਆਈ ਤੇ ਆਪਣੇ ਦੇਸ਼ ਨੂੰ ਲੋਕਾਂ ਨੂੰ ਕੁੱਟਣ ਦਾ ਮੌਕਾ ਕਦੇ ਉਹਨਾਂ ਨੇ ਛੱਡਿਆ ਨਹੀਂ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਉਹਦੇ ਤੋਂ ਬਾਅਦ ਇਹ ਦਿਸਦਾ ਹੀ ਸੀ ਕਿ ਅੱਜ ਨਹੀਂ ਕੱਲ੍ਹ ਸਹੀਂ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਜੀ ਪਹਿਲਾਂ ਨਵਾਜ਼ ਸ਼ਰੀਫ ਜਿਹੜਾ Imran Khan ਨੇ ਇਹਦੀ ਤੇ ਦੇ ਸਾਥੀਆਂ ਨੇ ਪਾਰਟੀ ਦੀ ਪ੍ਰਬੰਧਕੀ ਰੱਦ ਕੀਤੀ ਗਈ ਫਿਰ ਅਕਰ ਨਵੀਂ ਚੋਣ ਕਰਾਉ ਨਵੀਂ ਚੋਣ ਕਰਾਈ ਤੇ ਕਹਿੰਦੇ ਚੋਣ ਗਲਤ ਹੋਈ ਉਹ ਰੱਦ ਕੀਤੀ ਫਿਰ ਚੋਣ ਨਿਸ਼ਾਨ ਖੋਇਆ ਜੀ ਫਿਰ ਉਹਨੂੰ ਸਜ਼ਾ ਦਵਾਤੀ ਹੁਣ ਇੱਕ ਹੋਰ ਕੇਸ ਤੇ ਸਜ਼ਾ ਦਵਾਤੀ 10 ਸਾਲ ਇਹਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਚੋਣਾਂ ਦੇ ਨੇੜੇ ਤੇੜੇ ਲਾਗੇ ਨਹੀਂ ਲੱਗਣ ਦੇਣਾ ਆਪਣੀ ਮਰਜ਼ੀ ਨਾਲ ਜਿੱਦਾਂ ਦੀ ਮਰਜ਼ੀ ਚੋਣ ਕਰਾਉਣਗੇ ਜਿਹਨੂੰ ਮਰਜ਼ੀ ਗੱਦੀ ਤੇ ਬਿਠਾਉਣਗੇ ਜੀ Imran Khan ਇਸ ਗੱਲ ਨੂੰ ਸਮਝ ਨਹੀਂ ਸਕਿਆ ਕਿ ਉਹ ਪ੍ਰਧਾਨ ਮੰਤਰੀ ਬਣਿਆ ਨਹੀਂ ਸੀ ਜੀ ਫੌਜ ਨੇ ਬਣਾਇਆ ਸੀ ਤੇ ਜਿਨ੍ਹਾਂ ਨੇ ਬਣਾਇਆ ਸੀ ਉਹਨਾਂ ਦੇ ਹੱਥਾਂ 'ਚ ਖੇਡਣ ਦਿੱਤਾ ਜਦੋਂ ਉਹਨਾਂ ਵੱਲ ਕੋੜਾ ਵੇਖਣ ਲੱਗ ਪਿਆ ਉਹਨਾਂ ਆਖਿਆ ਕੋਈ ਨਹੀਂ ਤੇਰੇ ਵਰਗੇ ਕਈ ਚਲਦੇ ਕੀਤੇ ਆ ਤੂੰ ਵੀ ਚੱਲ ਉੱਥੇ ਤਾਂ ਜਿਹੜਾ ਵੱਡੇ ਵੱਡੇ ਉਹਨਾਂ ਦੇ ਰਾਈਟਰ ਆ ਉਹ ਵੀ ਕਹਿੰਦੇ ਆ ਕਿ ਰੱਬ ਨੇੜੇ ਕਿ ਕਸਨ ਇੱਥੋਂ ਦੀ ਫੌਜ ਪਾਕਿਸਤਾਨ ਤਾਂ ਮਸ਼ਹੂਰੀ ਆ ਕਿ ਪਾਕਿਸਤਾਨ 'ਚ ਮੋਜਾਂ ਹੀ ਮੋਜਾਂ ਜਿੱਧਰ ਵੇਖੋ ਫੌਜਾਂ ਹੀ ਫੌਜਾਂ ਜੀ ਉਹ ਫਿਰ ਹੁਣ ਹਾਲਾਤ ਜਿਦਾਂ ਨੂੰ ਜਾਂਦੇ ਪਏ ਆ ਉਹ ਚ ਇਹੋ ਹੀ ਹੋਣਾ ਸੀ ਜੀ ਬਿਲਕੁਲ ਇੱਕ ਪੰਨ ਸਾਹਿਬ ਤੇ ਜਾਂਦੇ ਜਾਂਦੇ ਅਸੀਂ ਆਖਰੀ ਖਬਰ ਉਹ ਲੈਣੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇਸੇ ਪ੍ਰੋਗਰਾਮ ਦੇ ਵਿੱਚ ਤੁਸੀਂ ਚਰਚਾ ਚ ਲੈ ਸੀ ਉਸ ਖਬਰ ਨੂੰ ਕਿ ਜਿਹੜੇ ਲਿਵ ਇਨ ਰਿਲੇਸ਼ਨਸ਼ਿਪ ਦੇ ਮਾਮਲੇ ਨੇ ਉਹ ਦਿਨ ਪਰ ਦਿਨ ਵਧਦੇ ਜਾ ਰਹੇ ਨੇ ਤੇ ਉਹਨਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੁਣ ਸੁਣਵਾਈ ਹੋਈ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹ ਇਕੱਲਾ ਇੱਥੇ ਨਹੀਂ ਬਾਕੀ ਥਾਵਾਂ ਤੇ ਵੀ ਹੈ ਲਗਾਤਾਰ ਵਧ ਰਿਹਾ ਹੈ ਕੱਲ ਉੱਥੋਂ ਦੇ ਅਲਾਹਾਬਾਦ ਹਾਈ ਕੋਰਟ ਨੇ ਇਦਾਂ ਦੇ ਜਿਹੜੇ ਜੋੜੇ ਆ ਉਹਨਾਂ ਦੇ ਅੱਠ ਵਿਆਹ ਰੱਦ ਕੀਤੇ 82 ਵਿੱਚ ਪੰਜ ਮੁਸਲਮਾਨ ਮੁੰਡੇ ਤੇ ਹਿੰਦ ਕੁੜੀਆਂ ਹਿੰਦੂ ਸੀ। ਤਿੰਨ ਵਿਆਹਾਂ ਦੇ ਵਿੱਚ ਮੁੰਡੇ ਹਿੰਦੂ ਤੇ ਕੁੜੀਆਂ ਮੁਸਲਮਾਨ ਸੀ। ਉਹਨੇ ਆਖਿਆ ਜੀ ਉੱਥੇ ਕਾਨੂੰਨ ਬਣ ਗਿਆ ਇਸ ਤਰ੍ਹਾਂ ਦੇ ਵਿਆਹ ਨਹੀਂ ਹੋ ਸਕਦੇ। ਹੋਰ ਵੀ ਅੱਡ-ਅੱਡ ਥਾਵਾਂ ਦੇ ਉੱਤੇ ਜਿਸ ਤਰ੍ਹਾਂ ਦੀਆਂ ਪਾਲਿਸੀਆਂ ਬਣ ਰਹੀਆਂ। ਇੱਕ ਤਾਂ ਉਹਨਾਂ ਪਾਲਿਸੀਆਂ ਦਾ ਅਸਰ ਪੋਗ। ਦੂਸਰਾ ਸਾਡੇ ਕੋਲ ਇਦਾਂ ਦੇ ਕੇਸ ਆ ਰਹੇ ਆ ਕਿ ਕੋਈ ਵਿਆਹ ਬੰਦਾ ਵਿਆਹੀ ਕੁੜੀ ਉਹ ਆਪਣੇ ਦੋ ਤਿੰਨ ਬੱਚੇ ਛੱਡਾ ਹੀ ਉਹ ਆਪਣੇ ਛੱਡ ਆ ਤੇ ਆ ਕੇ ਕਹਿੰਦੇ ਜੀ ਸਾਡੀ ਲਵ ਰਿਲੇਸ਼ਨਸ਼ਿਪ ਹੈ। ਅਦਾਲਤ ਕਹਿੰਦੀ ਉਹ ਤੇ ਤੇਰੇ ਬੱਚੇ ਤੇ ਤੇਰੇ ਬੱਚੇ ਉਹਨਾਂ ਨੂੰ ਪਾਲਦੇ ਜਿਵੇਂ ਵਾਰੀ ਕਾਦੀਏ ਉਥੋਂ ਤਲਾਕ ਨਹੀਂ ਤੁਸੀਂ ਕਹੇ ਇਹ ਕਹਿੰਦਾ ਲਿਵ-ਇਨ ਰਿਲੇਸ਼ਨਸ਼ਿਪ ਆ ਪਰ ਇਹੋ ਜੇ ਕੇਸਾਂ 'ਚ ਇੱਕ ਜੱਜ ਉਹਨਾਂ ਦੇ ਪੱਖਿ ਫੈਸਲਾ ਕਰ ਦਿੰਦਾ ਇੱਕ ਉਹਨਾਂ ਦੇ ਵਿਰੋਧ ਕਰ ਦਿੰਦਾ ਫੈਸਲੇ ਇੱਕ ਦੂਸਰੇ ਤੋਂ ਵਿਰੋਧਤ ਆਏ ਨੇ ਕਨਟਰਡਿਕਟਰੀ ਆਏ ਨੇ ਫਿਰ ਅਖੀਰ ਇੱਕ ਜੱਜ ਨੇ ਲਿਖ ਦਿੱਤਾ ਚੀਫ ਜਸਟਿਸ ਨੇ ਜੀ ਇੱਕੋ ਵਾਰੀ ਪੱਕਾ ਫੈਸਲਾ ਕਰ ਦਿਓ ਕਿਉਂਕਿ ਅਦਾਲਤਾਂ ਵਕ ਵਕ ਫੈਸਲੇ ਕਰਦੀਆਂ ਹੁਣ ਉਹਦੇ ਆਧਾਰ ਤੇ ਅੱਜ ਅਦਾਲਤ ਵਿੱਚੋਂ ਇਹ ਹੁਕਮ ਆ ਗਿਆ ਕਿ ਇਹਦੇ ਉੱਤੇ ਸਟੈਂਡਰਡ ਆਪਰੇਸ਼ਨ ਪ੍ਰੋਸੀਜਰ ਉਹ ਬਣਾਇਆ ਜਾਵੇ ਐਸਓਪੀ ਬਣਾਇਆ ਜਾਵੇ ਤਾਂ ਕਿ ਸਾਰੇ ਇਹੋ ਜਿਹੇ ਜਿੰਨੇ ਕੇਸ ਆਉਂਦੇ ਉਹਨਾਂ ਤੇ ਇੱਕੋ ਹੀ ਫਾਰਮੂਲਾ ਲਾਗੂ ਹੋਵੇ ਹਰ ਜੱਜ ਆਪਣੀ ਮਰਜ਼ੀ ਜੱਜ ਵੀ ਆਖਰਕਾਰ ਬੰਦੇ ਆ ਇਨਸਾਨ ਨੇ ਉਹਨਾਂ ਦੇ ਵੀ ਮੋਢੇ ਤੇ ਸਿਰ ਆ ਔਰ ਹਰ ਮੋਢੇ ਦੇ ਉੱਤੇ ਵੱਖਰਾ ਸਿਰ ਹਰ ਬੰਦੇ ਦਾ ਮੋਢਿਆਂ ਦੇ ਉੱਤੇ ਵੱਖਰਾ ਸਿਰ ਆ ਤੇ ਉਹ ਆਪਣੇ ਢੰਗ ਨਾਲ ਸੋਚਦਾ ਇਸ ਕਰਕੇ ਵੱਖ-ਵੱਖ ਨਾ ਸੋਚਣ ਇੱਕ ਸਟੈਂਡਰਡ ਆਪਰੇਸ਼ਨ ਪ੍ਰੋਸੀਜਰ ਬਣਾਇਆ ਜਾਵੇ ਉਹਦੇ ਮੁਤਾਬਕ ਜਿਹੜੀ ਗੱਲ ਠੀਕ ਆ ਉਹ ਮੰਨ ਲਈ ਜਾਵੇ ਜਿਹੜੀ ਨਹੀਂ ਠੀਕ ਉਹ ਰੱਦ ਕਰ ਦਿੱਤੀ ਜਾਵੇ ਹਰ ਕੋਈ ਆਪਣੀ ਮਰਜ਼ੀ ਨਾ ਕਰੇ ਮੇਰੇ ਕਲ ਹਾਈ ਕੋਰਟ ਨੇ ਇੱਕ ਸਿੱਧ ਜਿਹੜੇ ਦਿੱਤੀ ਠੀਕ ਹੈ ਜੋ ਹੋ ਜਾਏਗਾ ਫਿਰ ਮੰਨਣਗੇ ਲੋਕ ਬਹੁਤ ਸ਼ੁਕਰੀਆ ਬੰਨ ਸਾਹਿਬ ਤੁਸੀਂ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਧੰਨਵਾਦ ਤਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ ਪ੍ਰੋਗਰਾਮ ਬਾਰੇ ਤੁਹਾਡੇ ਸੁਝਾਅ ਟਿੱਪਣੀਆਂ ਦਾ ਸਾਨੂੰ ਇੰਤਜ਼ਾਰ ਰਹੇਗਾ ਫਿਲਹਾਲ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਇੱਥੇ ਦਿਓ ਇਜਾਜ਼ਤ ਵਿਖੇ ਪਰਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ